ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਵਿਵਾਦ ਖੜਾ ਹੋ ਗਿਆ ਰਾਮਗੜੀਆ ਸਮਾਜ ਦੇ ਨਾਲ। ਰਾਮਗੜੀਆ ਭਾਈਚਾਰੇ ਨੇ ਕਰਤੀ ਪ੍ਰੈਸ ਕਾਨਫਰੰਸ ਤੇ ਉਸ ਤੋਂ ਬਾਅਦ ਜੋ ਹਾਲਾਤ ਬਣੇ, ਹਾਲਾਂਕਿ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਮਾਈਕ ਉੱਤੇ ਰਾਮਗੜੀਆ ਸਮਾਜ ਦੇ ਖਿਲਾਫ ਬੋਲਣਾ ਮਹਿੰਗਾ ਪੈ ਗਿਆ, ਜਿਹਦਾ ਖਾਮਿਆਜ਼ਾ ਹੁਣ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾ ਕੇ, ਸ੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋ ਕੇ ਜੋੜਿਆਂ ਦੀ ਸੇਵਾ ਕਰਕੇ ਭੁਗਤਣਾ ਪਿਆ। ਇਹ ਹਾਲਾਤ ਬਣ ਗਏ ਅਚਾਨਕ। ਇੰਨੀ ਤੀਵਰਤਾ ਦੇ ਨਾਲ ਰਾਮਗੜੀਆ ਸਮਾਜ ਨੇ ਪ੍ਰਤੀਕਰਮ ਦਿੱਤਾ ਜਦੋਂ ਇਹ ਵਿਵਾਦ ਖੜਾ ਹੋਇਆ ਤਾਂ ਲਾਲਜੀਤ ਭੁੱਲਰ ਗਰੇਜ਼ ਨਹੀਂ ਕਰ ਪਏ। ਆਮ ਤੌਰ ਦੇ ਉੱਤੇ ਕਈ ਵਾਰ ਬੋਲਚਾਲ ਦੀ ਬੋਲੀ ਦੇ ਵਿੱਚ ਵੀ ਗੱਲਾਂ ਕੁਝ ਇਹੋ ਜਿਹੀਆਂ ਬੋਲ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਇੱਕ ਬੰਦੇ ਨੂੰ ਜਾਂ ਇੱਕ ਸਮਾਜ ਨੂੰ ਠੇਸ ਪਹੁੰਚਾ ਸਕਦੀਆਂ ਨੇ। ਉਹੀ ਕੁਝ ਲਾਲਜੀਤ ਭੁੱਲਰ ਦੇ ਨਾਲ ਹੋਇਆ। ਹਾਲਾਂਕਿ ਉਸ ਤੋਂ ਬਾਅਦ ਮਾਫ਼ੀ ਮੰਗਣ ਨੂੰ ਖਾਸੀ ਚਿਰ ਕਰ ਦਿੱਤੀ ਲਾਲਜੀਤ ਭੁੱਲਰ ਨੇ। ਇੰਨਾ ਚਿਰ ਲਗਾਉਣ ਦਾ ਮਕਸਦ ਕੀ ਇਹ ਸੀ ਕਿ ਪਹਿਲਾਂ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹਨਾਂ ਨੇ ਕੋਈ ਗਲਤੀ ਕੀਤੀ ਹੈ। ਜਦੋਂ ਰਾਮਗੜੀਆ ਸਮਾਜ ਪ੍ਰੈਸ ਕਾਨਫਰੰਸਿਸ ਕਰਨ ਲੱਗ ਗਿਆ, ਜਦੋਂ ਰਾਮਗੜੀਆ ਸਮਾਜ ਦੇ ਨੁਮਾਇੰਦੇ ਮੀਡੀਆ ਸਾਹਮਣੇ ਆ ਕੇ ਆਪਣਾ ਰੋਸ ਜ਼ਾਹਿਰ ਕਰਨ ਲੱਗ ਗਏ, ਉਸ ਤੋਂ ਬਾਅਦ ਲਾਲਜੀਤ ਭੁੱਲਰ ਹੋਣਾ ਨੂੰ ਸ਼ਾਇਦ ਇਹ ਮਹਿਸੂਸ ਹੋਇਆ ਹੋਵੇਗਾ ਕਿ ਹੁਣ ਪਾਣੀ ਸਿਰੋਂ ਲੰਘਦਾ ਜਾ ਰਿਹਾ, ਹੁਣ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜਾ ਰਸੂਖ ਸੀਗਾ ਉਹ ਹੱਥੋਂ ਖੁੱਸਦਾ ਜਾ ਰਿਹਾ। ਔਰ ਇਹ ਸਭ ਸ਼ਾਇਦ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ, ਇਸ ਵਾਸਤੇ ਭਾਵੇਂ ਲੇਟ ਹੀ ਸਹੀ ਉਹਨਾਂ ਨੇ ਮੁਆਫ਼ੀ ਮੰਗ ਲਈ। ਕਹਿੰਦੇ ਦੇਰ ਆਏ ਦਰੁਸਤ ਆਏ, ਦਰੁਸਤ ਤਾਂ ਜ਼ਰੂਰ ਆ ਗਏ ਨੇ, ਔਰ ਆਖਿਰਕਾਰ ਉਹਨਾਂ ਨੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਹੱਥ ਬੰਨ ਲਏ ਔਰ ਜੋੜਿਆਂ ਦੀ ਸੇਵਾ ਕਰ ਲਈ। ਇਸ ਤੋਂ ਰਾਮਗੜੀਆ ਸਮਾਜ ਹੁਣ ਖੁਸ਼ ਹੋਵੇਗਾ ਜਾਂ ਨਹੀਂ, ਇਹ ਸੋਚਣ ਵਾਲੀ ਗੱਲ ਹੈ। ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਬੜੀ ਹੀ ਦੇਰ ਤੋਂ ਇਹ ਵਿਵਾਦ ਚੱਲਦਾ ਪਿਆ, ਹੁਣ ਹਫ਼ਤੇ ਤੋਂ ਜ਼ਿਆਦਾ ਸਮਾਂ ਲੰਘ ਚੁੱਕਿਆ ਹੈ, ਔਰ ਹਫ਼ਤੇ ਤੋਂ ਬਾਅਦ ਉਸ ਸਾਰੇ ਸਮੇਂ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਕਿ ਹੁਣ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਹਾਲਾਂਕਿ ਉੱਥੇ ਜਾ ਕੇ ਵੀ ਵਿਵਾਦ ਖੜਾ ਹੋ ਗਿਆ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਵੀ ਲਾਲਜੀਤ ਭੁੱਲਰ ਦੇ ਉੱਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੌਜਵਾਨਾਂ ਦੇ ਵੱਲੋਂ, ਪਰ ਇਸ ਸਭ ਦੇ ਮੱਦੇਨਜ਼ਰ ਹੱਥ ਬੰਨ੍ਹੇ ਗਏ ਲਾਲਜੀਤ ਭੁੱਲਰ ਵੱਲੋਂ ਔਰ ਮੁਆਫ਼ੀ ਮੰਗ ਲਈ ਗਈ। ਕੀ ਹਾਲਾਤ ਬਣੇ ਨੇ ਔਰ ਕੀ ਕੁਝ ਕਹਿੰਦੇ ਨੇ, ਆਓ ਸੁਣ ਲੈਂਦੇ ਹਾਂ। ਅਕਾਲ ਤਖਤ ਸਾਹਿਬ, ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ, ਉੱਥੇ ਨਤਮਸਤਕ ਹੋਣ ਲਈ ਅਤੇ ਨਾਲ ਬਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ, ਅਤੇ ਸ਼ਾਮ ਤੱਕ ਹਨੇਰੇ ਤੱਕ ਇੱਥੇ ਸੇਵਾ ਕਰਾਂਗੇ। ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੋਣ ਜਲਸੇ ਦੌਰਾਨ ਇੱਕ ਸਟੇਜ ਦੇ ਉੱਤੋਂ ਰਾਮਗੜੀਆ ਭਾਈਚਾਰਾ ਸਵਰਨ ਘਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ 'ਚੋਂ ਨਿਕਲ ਗਏ ਸੀ, ਅਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਰਾਮਗੜੀਆ ਭਾਈਚਾਰੇ ਸਵਰਨ ਘਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ, ਤਾਂ ਮੈਂ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸੰਬੰਧੀ, ਸਾਰੇ ਭਾਈਚਾਰੇ ਐੱਸ ਸੀ ਬੀ ਸੀ ਜਰਨਲ ਕੋਈ ਵੀ ਕੈਟਾਗਰੀ ਆ, ਸਾਡੇ ਭਰਾ ਨੇ, ਸਾਡੇ ਪਰਿਵਾਰ ਨੇ। ਮੈਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਮੈਨੂੰ ਸਮਤ ਬਖਸ਼ਣ ਕੇ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ। ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ, ਸਮੂਹ ਸਵਰਨ ਘਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ਼ ਕਰਨਗੇ, ਵੱਡਾ ਦਿਲ ਕਰਕੇ ਮੈਨੂੰ ਕੁਝ ਕਰਨ ਦਾ ਗਾ ਮੌਕਾ ਦੇਣ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।